ਜ਼ਿਲ੍ਹੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਗਰੋਹ ਸਰਗਰਮ ਹੋ ਚੁੱਕਿਆ ਹੈ ਜਿਸ ਵਿੱਚ ਕੁਝ ਔਰਤਾਂ ਅਤੇ ਵਿਅਕਤੀ ਸ਼ਾਮਿਲ ਨੇ ਜੋ ਕਿ ਸਮਾਏਦਾਰ ਵਿਅਕਤੀਆਂ ਨੂੰ ਆਪਣੇ ਗਰੁੱਪ ਦੀਆਂ ਲੜਕੀਆਂ ਰਾਹੀਂ ਫੇਸਬੁੱਕ ਜਾਂ ਮੋਬਾਈਲ ਫੋਨ ਰਾਹੀਂ ਗੱਲਾਂ ਕਰਵਾ ਕੇ ਆਪਣੇ ਜਾਲ ਵਿੱਚ ਫਸਾ ਕੇ ਕਿਸੇ ਟਿਕਾਣੇ ਤੇ ਬੁਲਾ ਕੇ ਲੜਕੀਆਂ ਨਾਲ ਉਹਨਾਂ ਦੀ ਅਸ਼ਲੀਲ ਹਾਲਤ ਵਿੱਚ ਫੋਟੋਆਂ ਕਰਕੇ ਉਹਨਾਂ ਨੂੰ ਬਲੈਕਮੇਲ ਕਰਦੇ ਨੇ। ਪੁਲਿਸ ਨੇ ਮੁੱਖ ਖਬਰ ਦੀ ਸੂਚਨਾ ਤੇ ਇਸ ਗਰੋਹ ਦੇ 4 ਲੋਕਾਂ ਸਮੇਤ ਇੱਕ ਔਰਤ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ 5 ਲੋਕ ਫਰਾਰ ਹੋਣ ਵਿੱਚ ਸਫਲ ਹੋ ਗਏ ਨੇ। ਪੁਲਿਸ ਨੇ 5 ਵਿਅਕਤੀਆਂ ਅਤੇ 4 ਔਰਤਾਂ ਸਮੇਤ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ। CIU ਸਟਾਫ ਦੇ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿੱਚ ਬੁਹਾਨਾ ਚੌਂਕ ਮੋਗਾ ਵਿੱਚ ਮੌਜੂਦ ਸਨ ਤੇ ਇਸੇ ਦੌਰਾਨ ਉਹਨਾਂ ਨੂੰ ਕਿਸੇ ਖਾਸ ਮੁਖਬਰੀ ਨੇ ਸੂਚਨਾ ਦਿੱਤੀ ਸੀ। ਸਰ, ਮੋਗਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਜਿਹੜਾ ਹਨੀ ਟ੍ਰੈਪ ਲਗਾ ਕੇ ਲੋਕਾਂ ਨੂੰ ਫਸਾ ਰਿਹਾ ਸੀ, ਕੀ ਸਰ ਮਾਮਲਾ, ਕਿੰਨੇ ਲੋਕ ਸੀਗੇ ਸਾਰੇ? ਇਹ ਕਿ ਸਾਡੇ ਧਿਆਨ ਵਿੱਚ ਇੱਕ ਮੈਟਰ ਆਇਆ ਜਿਹਦੇ ਵਿੱਚ ਕੁਛ ਲੋਕ ਇਕੱਠੇ ਹੋ ਕੇ ਇਹਨਾਂ ਨੇ ਫੇਸਬੁੱਕ 'ਤੇ ਇੱਕ ਗਰੁੱਪ ਬਣਾਇਆ ਹੋਇਆ ਸੀਗਾ। ਗਰੁੱਪ ਦੇ ਵਿੱਚ ਇਹਨਾਂ ਦੇ 3-4 ਲੜਕੀਆਂ ਨੇ। ਇਹ ਲੜਕੀਆਂ ਕਿਸੇ ਵੀ ਆਪਣਾ ਫੇਸਬੁੱਕ 'ਤੇ ਕੋਈ ਰਿਕੁਐਸਟ ਭੇਜ ਦਿੰਦੀਆਂ ਸੀ ਐਜ਼ ਫਰੈਂਡ, ਅਤੇ ਬਾਅਦ ਵਿੱਚ ਜਾਂ ਕਿਸੇ ਨੂੰ ਵੈਸੇ ਸਿੱਧਾ ਫੋਨ ਕਰਕੇ ਉਹਨੂੰ ਆਪਣੇ ਨਾਲ ਮਤਲਬ ਕਿ ਅਟਰੈਕਟ ਕਰਦੀਆਂ ਸੀਗੀਆਂ। ਅਤੇ ਜਦ ਉਹ ਬੰਦਾ ਇਹਨਾਂ ਦੇ ਝਾਂਸੇ 'ਚ ਫਸ ਜਾਂਦਾ ਸੀ ਅਤੇ ਇਹਨਾਂ ਨੂੰ ਮਿਲ ਆਉਂਦਾ ਸੀਗਾ, ਤਾਂ ਉਸ ਤੋਂ ਬਾਅਦ ਇਹ ਆਪਣੇ ਹੀ ਕੋਈ ਸਾਥੀਆਂ ਦੀ ਹੈਲਪ ਨਾਲ ਉੱਥੇ ਉੱਪਰ ਉਹਦੇ ਰੇਡ ਕਰਾ ਦਿੰਦੇ, ਅਤੇ ਜਾਂ ਮਤਲਬ ਕਿ ਉਹਨੂੰ ਇੱਕ ਹਿਸਾਬ ਨਾਲ ਉਹਨੂੰ ਥਰੈਟਨ ਕਰਦੇ, ਉਹਨੂੰ ਡਰਾਉਂਦੇ, ਤਾਂ ਕਿ ਉਹ ਬੰਦਾ ਆਪਣੀ ਰਿਸਪੈਕਟ ਦੇ ਬਚਾਉਣ ਦੀ ਖਾਤਰ ਇਹਨਾਂ ਨੂੰ ਉਹ ਕੁਝ ਨਾ ਕੁਝ ਪੈਸੇ ਦੇ ਕੇ ਜਾਂਦਾ ਸੀ। ਸਰ, ਕਿੰਨੇ ਸਦੱਸਿਆ ਗਰੋਹ ਦੇ ਔਰ ਕਿੰਨੇ ਪੈਸੇ ਲੈਂਦੇ ਸੀਗੇ? ਇਹ ਟੋਟਲ ਹੁਣ ਤੱਕ ਜੋ ਫਿਗਰ ਹੋਏ ਨੇ 11 ਬੰਦੇ ਫਿਗਰ ਹੋਏ ਨੇ, ਅਤੇ ਪੈਸੇ ਦਾ ਕੋਈ ਫਿਕਸ ਤਾਂ ਹੈ ਨਹੀਂ ਸੀਗਾ। ਅਕੋਰਡਿੰਗਲੀ ਜਿਹੇ ਜਿਹਾ ਇਹਨਾਂ ਦਾ ਕਸਟਮਰ ਜਾਂ ਕੋਈ ਜਿਹੜਾ ਬੰਦਾ ਇਹਨਾਂ ਕੋਲ ਜਾਲ 'ਚ ਫਸਦਾ ਸੀ, ਜਿੰਨੀ ਕੁ ਉਹਦੀ ਕਪੈਸਿਟੀ ਹੁੰਦੀ ਸੀ ਜਾਂ ਜ਼ੋਰ ਸੀ, ਉਸ ਅਕੋਰਡਿੰਗਲੀ ਇਹ ਉਦੋਂ ਪੈਸੇ ਲੈ ਲੈਂਦੇ ਸੀ। ਅਤੇ ਟਾਰਗੇਟ ਕਿਵੇਂ ਕਰਦੇ ਸੀ ਸਰ ਬੰਦਿਆਂ ਨੂੰ? ਟਾਰਗੇਟ ਬਸ ਇਹ ਲੱਭ ਲੈਂਦੇ ਸੀਗੇ ਵੀ ਕਿਹੜਾ ਬੰਦਾ ਕੋਈ ਇਕੱਲਾ, ਕਿਹੜਾ ਬੰਦਾ ਮੈਂ ਕਿ ਜਿਹੜਾ ਕੋਈ ਜਿਹਦਾ ਕੋਈ ਜਿਹਦੀ ਵਾਈਫ ਨਹੀਂ ਹੈਗੀ, ਇਸ ਤਰ੍ਹਾਂ ਦਾ ਜਿਹੜਾ ਬੰਦਾ ਕੋਈ ਫਾਈਨੈਂਸ਼ਲੀ ਸਾਊਂਡ ਆ, ਇਸ ਤਰ੍ਹਾਂ ਇਹ ਉਹਨੂੰ ਚੂਜ਼ ਕਰਦੇ ਸੀ ਉਹ ਬੰਦੇ। ਫੇਸਬੁੱਕ ਤੋਂ ਵੀ ਪ੍ਰੋਫਾਈਲ ਦੇਖਦੇ ਸੀ ਬੰਦੇ ਦੀ? ਉਸ ਦੀ ਇਨਵੈਸਟੀਗੇਸ਼ਨ ਸਾਹਮਣੇ ਆਊਗਾ, ਅਸੀਂ ਕਰਾਂਗੇ ਅੱਗੇ। ਸਰ, ਸਰ ਕਿੰਨੇ ਲੋਕ ਫੜੇ ਨੇ ਹੁਣ ਤੱਕ? ਆਪਾਂ 4 ਬੰਦੇ ਅਰੈਸਟ ਕਰ ਲਿਆ। ਲੇਡੀਜ਼ ਕਿੰਨੀਆਂ ਸਰ? ਇੱਕ ਲੇਡੀ ਆ, 3 ਜੈਂਟਸ ਨੇ। ਅਤੇ ਸਰ ਇਹ ਲੋਕਲ ਹੀ ਰਹਿਣ ਵਾਲੇ ਆ ਕਿ ਆਸ ਪਾਸ ਦੇ? ਨਹੀਂ, ਇਹ ਅਲੱਗ ਅਲੱਗ ਪਿੰਡਾਂ ਦੇ ਨੇ, ਵਿੱਚ ਕੋਈ ਇੱਕ ਫਿਰੋਜ਼ਪੁਰ ਦਾ ਹੈਗਾ, ਇੱਕ ਰਾਏਕੋਟ ਦਾ ਹੈਗਾ, ਇੱਕ ਮੋਗੇ ਦੀ ਲੇਡੀ ਮੋਗੇ ਦੀ ਆ, ਇਹ ਅਡਰ ਏਰੀਏ ਨਾਲ ਕਸਰਨ ਲੋਕ ਨੇ। ਸਰ, ਇਹਨਾਂ ਦਾ ਗਰੁੱਪ ਕਿਵੇਂ ਬਣਿਆ, ਕਿਸ ਤਰ੍ਹਾਂ ਇਕੱਠੇ ਹੋਏ? ਗਰੁੱਪ ਇਹਨਾਂ 'ਚੋਂ ਪਹਿਲਾਂ 3-4 ਜਾਣੇ ਆਪ ਨੂੰ ਵੈਸੇ ਜਾਣਦੇ ਸੀਗੇ, ਅਤੇ ਉਸ ਤੋਂ ਬਾਅਦ ਆਫਟਰਵਰਡ ਇਹਨਾਂ ਨੇ ਇੱਕ ਦੂਜੇ ਨੂੰ ਮਤਲਬ ਸੋਸ਼ਲੀ ਵੀ ਇਹਨਾਂ ਦਾ ਗਰੁੱਪ ਜਿਹਾ ਬਣਾ ਲਿਆ, ਕੋਈ ਫੇਸਬੁੱਕ ਰਾਹੀਂ ਅਟੈਚ ਹੋ ਗਿਆ, ਇਸ ਤਰ੍ਹਾਂ ਇਹਨਾਂ ਦਾ ਗਰੁੱਪ ਜਿਹਾ ਸਾਰਾ ਕ੍ਰੀਏਟ ਹੋ ਗਿਆ। ਸਰ, ਹੋਰ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਕਿ ਲੋਕਾਂ ਨੂੰ ਇਸ ਤਰ੍ਹਾਂ ਬਲੈਕਮੇਲ ਕੀਤਾ ਜਾਂਦਾ। ਹਾਂਜੀ, ਇਸ ਤਰ੍ਹਾਂ ਦਾ ਮੈਸੇਜ ਸਰ ਕਿਸ ਤਰ੍ਹਾਂ ਦੇ ਲੱਗ ਰਿਹਾ ਕਿ ਲੋਕਾਂ ਨੂੰ ਇਹਨਾਂ ਦੇ? ਦੇਖੋ, ਲੋਕਾਂ ਨੂੰ ਬਿਲਕੁਲ ਇਹ ਵਾਰ ਵਾਰ ਇਹੀ ਕਹਿ ਰਹੇ ਵੀ ਇੱਕ ਹਿਸਾਬ ਨਾਲ ਇਹ ਹਨੀ ਟ੍ਰੈਪ ਆ, ਕੋਈ ਵੀ ਤੁਹਾਨੂੰ ਫੇਸਬੁੱਕ 'ਤੇ ਕੋਈ ਅਨਨੋਨ ਜਿਹਨੂੰ ਤੁਸੀਂ ਨਹੀਂ ਜਾਣਦੇ, ਅਨਨੋਨ ਤੁਹਾਨੂੰ ਕੋਈ ਰਿਕੁਐਸਟ ਭੇਜੇ, ਲੜਕੀ ਕੋਈ